ਪੰਜਾਬੀ ਦੀ ਸਾਹਿਤ ਮੇਲਾ ਕਿਤਾਬ ਵਿੱਚੋਂ ਸਾਡੇ ਕੋਲ ਜਿਹੜੀ ਪੰਜਵੀਂ ਪੋਇਮ ਜਿਹੜੀ ਸਿਲੇਬਸ ਵਿੱਚ ਹੈ ਉਹ ਹੈ ਮਾਤਾ ਗੁਜਰੀ ਜੀ ਅਤੇ ਇਸ ਕਵਿਤਾ ਦੇ ਕਵੀ ਨੇ ਨੰਦ ਲਾਲ ਨੂਰਪੁਰੀ। ਨੰਦ ਲਾਲ ਨੂਰਪੁਰੀ ਬਾਰੇ ਅਸੀਂ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। ਪਹਿਲੇ ਨੰਦ ਲਾਲ ਨੂਰਪੁਰੀ ਦਾ ਜਨਮ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ। ਉਹਨਾਂ ਨੇ ਆਪਣਾ ਬਹੁਤ ਸਮਾਂ ਜਲੰਧਰ ਵਿੱਚ ਬਿਤਾਇਆ। ਉਹ ਇੱਕ ਫਕਰ ਕਵੀ ਸਨ। ਉਹਨਾਂ ਨੇ ਬਹੁਤ ਸਾਰੇ ਲੋਕ ਕਾਵਿ ਰਚਿਆ। ਉਹਨਾਂ ਦੇ ਕੁਝ ਗੀਤ ਬਹੁਤ ਮਸ਼ਹੂਰ ਹੋਏ ਜਿਵੇਂ ਇੱਥੋਂ ਉੱਡ ਜਾ ਭੋਲਿਆ ਪੰਛੀਆ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ, ਕਾਨੂੰ ਵੇ ਪਿੱਪਲਾ ਖੜਖੜ ਲਾਈਆ ਆਦਿ। ਯਾਨੀ ਕਿ ਇਹਨਾਂ ਦੀਆਂ ਜਿਹੜੀ ਕਵਿਤਾਵਾਂ ਨੇ ਉਹ ਬਹੁਤ ਜ਼ਿਆਦਾ ਫੇਮਸ ਨੇ ਅਤੇ ਇਹਨਾਂ ਦਾ ਜਿਹੜਾ ਜਨਮ ਸੀ ਉਹ ਪਾਕਿਸਤਾਨ ਦਾ ਸੀ, ਬਟ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਜਲੰਧਰ 'ਚ ਬਿਤਾਈ। ਅਤੇ ਅੱਜ ਇਹਨਾਂ ਦੀ ਇੱਕ ਬਹੁਤ ਪ੍ਰਸਿੱਧ ਕਵਿਤਾ ਸਾਡੇ ਸਿਲੇਬਸ ਵਿੱਚ ਲੱਗੀ ਹੋਈ ਹੈ, ਜਿਸ ਵਿੱਚ ਮਾਤਾ ਗੁਜਰੀ ਜੀ ਜਿਹੜੀ ਹੈ ਉਹਨਾਂ 'ਤੇ ਇਹ ਬੇਸਡ ਹੈ ਪੋਇਮ। ਸਾਨੂੰ ਸਾਰਿਆਂ ਨੂੰ ਪਤਾ ਹੈ ਮਾਤਾ ਗੁਜਰੀ ਜੀ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਸਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਸਨ। ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵੇਲੇ ਉਹ ਉਹਨਾਂ ਦੇ ਨਾਲ ਹੀ ਸਨ ਇੱਕ ਤਰੀਕੇ ਨਾਲ। ਅਤੇ ਉਹ ਉਹਨਾਂ ਦੀ ਸਿਚੁਏਸ਼ਨ 'ਤੇ ਪੋਇਮ ਜਿਹੜੀ ਹੈ ਰਾਈਟਰ ਨੇ ਬੇਸਡ ਕੀਤੀ ਹੈ। ਪੜ੍ਹਨਾ ਸ਼ੁਰੂ ਕਰਦੇ ਹਾਂ। ਅੱਧੀ ਰਾਤੀ ਮਾਂ ਗੁਜਰੀ ਬੈਠੀ ਕੌੜਿਆਂ ਚੰਦਾਂ ਦੀਆਂ ਗਾਵੇ, ਅੱਖੀਆਂ ਦੇ ਤਾਰੇ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ, ਨੀ ਕੱਲੋ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਪਿੰਡਿਆਂ 'ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋੜੀ, ਟਿੜ ਦਾ ਸੇਕ ਬੂਰਾ ਨੀ ਮੈਥੋਂ ਚੋਲਿਆ ਨਾ ਜਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਗੋੜੀਆਂ ਚੰਦਾ ਦੀ ਗਾਵੇ। ਯਾਨੀ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਉਹ ਬਹੁਤ ਛੋਟੀ ਉਮਰ 'ਚ ਉਹਨਾਂ ਦੀ ਸ਼ਹੀਦੀ ਹੋਈ। ਅਤੇ ਅਸੀਂ ਸਾਡੇ ਕਲਚਰ 'ਚ ਲੋਹੜੀ ਕਦ ਵੰਡੀ ਜਾਂਦੀ ਹੈ ਜਦ ਬੱਚੇ ਦਾ ਜਨਮ ਹੁੰਦਾ, ਖਾਸ ਕਰਕੇ ਮੁੰਡਿਆਂ ਦਾ ਜਨਮ ਹੁੰਦਾ, ਅਤੇ ਜਾਂ ਫਿਰ ਖੁਸ਼ੀਆਂ ਘੋੜੀ ਤਦ ਗਾਈ ਜਾਂਦੀ ਹੈ ਜਦ ਬੱਚਿਆਂ ਦਾ ਵਿਆਹ ਹੁੰਦਾ। ਬਟ ਛੋਟੇ ਸਾਹਿਬਜ਼ਾਦਿਆਂ ਦੇ ਵਿਆਹ ਕਦੀ ਨਹੀਂ ਹੋਏ। ਅਤੇ ਜਿਹੜੀ ਦਾਦੀ ਦੀ ਰੀਝ ਹੈ ਉਹਨਾਂ ਨੂੰ ਕਲਗੀ ਲਗਾਉਣ ਦੀ ਜਾਂ ਜਿਹੜੇ ਵਿਆਹ ਦੇ ਗੀਤ ਨੇ ਉਹ ਗਾਉਣ ਦੀ ਜਿਹੜੀ ਰੀਝ ਹੈ ਉਹਨਾਂ ਦੀ ਰਹਿ ਜਾਂਦੀ ਹੈ, ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਫਨਾ ਸੱਚ ਹੋ ਗਿਆ ਹੈ ਮੇਰੇ ਨਾਲ ਝਗੜ ਪਈ ਹੋਣੀ, ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੋਕਣੀ, ਨੀ ਛਾਤੀ ਨਾਲ ਮੈਂ ਲਾ ਲਏ ਜਾਂ ਉਹ ਉਛਲੀ ਪਰਨ ਕਲਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਕੌੜੀਆਂ ਚੰਦਾ ਦੀਆਂ ਗਾਵੇ। ਅੱਛਾ, ਇਹ ਕਿਹਾ ਜਾਂਦਾ ਹੈ ਕਿ ਜਦ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਪ੍ਰਾਪਤ ਹੋਈ ਉਸੀ ਸਮੇਂ ਮਾਤਾ ਗੁਜਰੀ ਜੀ ਦੀ ਵੀ ਜਿਹੜਾ ਹੈ ਦੇਹਾਂਤ ਹੋ ਗਿਆ, ਉਸੇ ਸਮੇਂ ਉਹਨਾਂ ਦੀ ਡੈਥ ਹੋ ਗਈ। ਬਟ ਨੰਦ ਲਾਲ ਨੂਰਪੁਰੀ ਜਿਹੜਾ ਹੈ ਉਹ ਇਹ ਦੱਸ ਰਿਹਾ ਹੈ ਕਿ ਜਿਸ ਟਾਈਮ 'ਤੇ ਉਹਨਾਂ ਦੀ ਸ਼ਹੀਦੀ ਹੋਈ ਉਸ ਟਾਈਮ 'ਤੇ ਮਾਤਾ ਗੁਜਰੀ ਜੀ ਕੀ ਕਰ ਰਹੇ ਸਨ, ਕੀ ਸੋਚ ਰਹੇ ਸਨ। ਸੋ ਇਹ ਜਿਹੜੀ ਪੋਇਟ ਦੀ ਇਮੈਜੀਨੇਸ਼ਨ ਹੈ। ਕਿਹਾ ਤਾਂ ਇਹ ਜਾਂਦਾ ਜਦ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਉਸੇ ਵੇਲੇ ਮਾਤਾ ਗੁਜਰੀ ਜੀ ਦਾ ਦੇਹਾਂਤ ਹੋ ਗਿਆ, ਬਟ ਇਸ ਕਵਿਤਾ ਅਨੁਸਾਰ ਇਹੋ ਜਿਹਾ ਨਹੀਂ ਹੈ, ਕਿਉਂਕਿ ਇਹ ਰਾਈਟਰ ਦੀ ਆਪਣੀ ਇਮੈਜੀਨੇਸ਼ਨ ਹੈ ਕਿ ਉਸ ਦਾਦੀ 'ਤੇ ਕੀ ਬੀਤਰੀ ਹੋਏਗੀ ਜਿਨ੍ਹਾਂ ਦੇ ਪੋਤਰਿਆਂ ਨੂੰ ਇੰਨੀ ਛੋਟੀ ਉਮਰ ਵਿੱਚ ਸ਼ਹੀਦੀ ਮਿਲ ਰਹੀ ਹੋਏਗੀ। ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ, ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗੱਲ ਲੱਗ ਜਾਣਾ, ਇੱਕ ਇੱਕ ਬੋਲ ਚੰਦਰਾ ਨੀ ਮੇਰੇ ਪੂਹੇ ਕਾਲਜੇ ਨੂੰ ਪਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਕੌੜੀਆਂ ਚੰਦਾ ਦੀ ਗਾਵੇ। ਯਾਨੀ ਕਿ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੀ ਹੈ ਕਿ ਕਿਵੇਂ ਉਹਨਾਂ ਨੂੰ ਆਪਣੇ ਦਾਦਾ ਜੀ ਕੋਲ ਜਾਣ ਦਾ ਜਿਹੜਾ ਚਾਅ ਸੀ, ਉਹਨਾਂ ਨਾਲ ਸਮੇਂ ਬਿਤਾਉਣ ਦਾ ਚਾਅ ਸੀ, ਪਰ ਇਹ ਜਿਹੜਾ ਪੂਰਾ ਟੱਬਰ ਹੈ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ, ਅਤੇ ਇਸ ਪਰਿਵਾਰ ਦਾ ਜਿਸ ਤਰੀਕੇ ਨਾਲ ਦੁਖਾਂਤ ਹੋਇਆ ਉਸਨੂੰ ਸਮਝਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਵੀ ਇੱਥੇ ਕਰਦਾ ਪਿਆ ਹੈ। ਟੋਟਲ 4 ਪੈਰਾਗ੍ਰਾਫ ਨੇ ਇਸ ਪੋਇਮ ਦੇ, ਲਾਸਟ ਪੈਰਾਗ੍ਰਾਫ 'ਤੇ ਆਉਂਦੇ ਨੇ।
ਕੱਲ ਮੇਰੇ ਕੋਲੋਂ ਵਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ ਨਿੱਕੇ ਨਿੱਕੇ ਉਧਰੇ ਹੋਏ ਕਿਨੂੰ ਹੋਣਗੇ ਦਰਦ ਸੁਣਾਉਂਦੇ ਵੇ ਲੱਭ ਤੇ ਸਹੀ ਨੂਰ ਪੂਰੀ ਮੇਰੇ ਨੈਣਾਂ ਨੂੰ ਨੀਂਦ ਨਾ ਆਵੇ ਅੱਧੀ ਰਾਤੀ ਮਾਂ ਗੁਜਰੀ ਯਾਨੀ ਆਖਰੀ ਕਵਿਤਾ ਵਿੱਚ ਜਿਹੜਾ ਰਾਈਟਰ ਹੈ ਉਹ ਆਪਣਾ ਨਾਮ ਲਿਖਦਾ ਅਤੇ ਉਹ ਲਿਖਦਾ ਹੈ ਕੱਲ੍ਹ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ ਯਾਨੀ ਮਾਤਾ ਗੁਜਰੀ ਜੀ ਕਹਿ ਰਹੇ ਨੇ ਕਿ ਮੈਨੂੰ ਕੱਲ੍ਹ ਤੱਕ ਤਾਂ ਦਿਸ ਰਹੇ ਸਨ ਬਟ ਮੈਨੂੰ ਅੱਜ ਨਜ਼ਰ ਨਹੀਂ ਆ ਰਹੇ ਕਿੱਥੇ ਚਲੇ ਗਏ ਨੇ ਨਿੱਕੇ ਨਿਕਰੇ ਉਧਰੇ ਹੋਏ ਕਿਨੂੰ ਹੋਣਗੇ ਦਰਦ ਸੁਣਾਉਂਦੇ ਯਾਨੀ ਛੋਟੇ ਛੋਟੇ ਜਿਹੇ ਬੱਚੇ ਨੇ ਕਿਹਦੇ ਕੋਲ ਹੋਣਗੇ ਕੀ ਕਰ ਰਹੇ ਹੋਣਗੇ ਵੇ ਲੱਭ ਤੇ ਸਹੀ ਨੂਰ ਪੂਰੀ ਮੇਰੇ ਨੈਣਾਂ ਨੂੰ ਨੀਂਦ ਨਾ ਆਵੇ ਯਾਨੀ ਮਾਤਾ ਗੁਜਰੀ ਜੀ ਕਹਿ ਰਹੇ ਨੇ ਮੈਨੂੰ ਨੀਂਦ ਨਹੀਂ ਆ ਰਹੀ ਨੂਰਪੁਰੀ ਯਾਨੀ ਇਸ ਕਵਿਤਾ ਦੇ ਕਵੀ ਜਾ ਕੇ ਮੇਰੇ ਜਿਹੜੇ ਪੋਤਰੇ ਨੇ ਉਹਨਾਂ ਨੂੰ ਢੂੰਡ ਅਤੇ ਇੱਥੇ ਹੀ ਕਵਿਤਾ ਦਾ ਜਿਹੜਾ ਹੈ ਅੰਤ ਹੋ ਜਾਂਦਾ ਹੈ ਅਤੇ ਇਹ ਸੀ ਨੰਦ ਲਾਲ ਨੂਰਪੁਰੀ ਦੀ ਕਵਿਤਾ ਮਾਤਾ ਗੁਜਰੀ ਜੀ ਉਹਨਾਂ ਦੀ ਸਿਚੁਏਸ਼ਨ ਨੂੰ ਹਾਲਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਇਸ ਕਵਿਤਾ ਵਿੱਚ ਕੀਤੀ ਗਈ ਹੈ ਸੋ ਇਹ ਸੀ ਮਾਤਾ ਗੁਜਰੀ ਜੀ